मैं तो उधर से डेरे ते सी अच्छा मगरों आके घर च वड़ गए दोबारा पूछो कि उन्होंने सर्च की थी मेरे घर की उन्होंने कोई ऐसी चीज कोई मिली नहीं सारी पॉलिटिकल पार्टियां जिहड़ियां रल के ना ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਤੇ ਜਿਹੜਾ ਕੋਈ ਬਚਾਉਣ ਵਾਲਾ ਉਹਦੇ ਖਿਲਾਫ ਜੇ ਕੋਈ ਮਾੜੇ ਮੋਟੇ ਆ ਭਾਈ ਥੱਲੇ ਰੋ ਯਾਰ ਥੱਲੇ ਕਰੋ ਭਈਆ ਜਿਹੜੀ ਧਿਆਨ ਭਈ ਪਤਾ ਨਹੀਂ ਕੀ ਹੋ ਰਿਹਾ ਹੈ ਸਹੀ ਤਾਂ ਕੀ ਮੁੱਖ ਕਾਰਨ ਕੀ ਹੈ ਸਭ ਦਾ ਉਹ ਕਹਿੰਦੇ ਸੀ ਅਸੀਂ ਜੀ ਉਹ ਅੰਮ੍ਰਿਤਪਾਲ ਦੇ ਜਾਂ ਉਹਨਾਂ ਦੇ ਨਾਲ ਦੇ ਬੰਦੇ ਆਂ ਦੇ ਇਹ ਵਜ੍ਹਾ ਨਾਲ ਅਸੀਂ ਤੁਹਾਡੇ ਘਰ ਦੀ ਪ੍ਰਸੀ ਕਰਨੀ ਹੈ ਤੇ ਸ਼ਾਇਦ ਕੋਈ ਚੀਜ਼ ਗੈਰ ਕਾਨੂੰਨੀ ਹੋ ਨਹੀਂ ਲੱਗਦਾ ਆਉਣ ਵਾਲੇ ਸਮੇਂ ਵਿੱਚ ਮਾਹੌਲ ਖਰਾਬ ਹੋਣ ਕਰਨ ਦੀ ਕੋਸ਼ਿਸ਼ ਹੈ ਜਾਂ ਫਿਰ ਕੀ ਕਾਰਨ ਹੈ ਕਿ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਜਾਣਬੁੱਝ ਕੇ ਡਰਾਮਾ ਕੀਤਾ ਜਾ ਰਿਹਾ ਗੱਲ ਤੇ ਕੋਈ ਨਹੀਂ ਇਹ ਫਿਰ ਕੀ ਮਿਲਿਆ ਜਿਹਦੇ ਆ ਫੋਰਸ ਇੰਨੀ ਪਹੁੰਚੀ ਸੀ ਪਤਾ ਨਹੀਂ ਫੋਰਸ ਉਦਾਂ ਹੀ ਡਰਾਮਾ ਹੀ ਕੀਤਾ ਫੋਰਸ ਦੀ ਕੀ ਲੋੜ ਸੀ ਤਾਂ ਹੀ ਮੈਂ ਇੱਥੇ ਦੇਖਦੇ ਕਿ ਕੋਈ ਇਸ ਦੇ ਕੋਈ ਵੈਲੈਂਸ ਆ ਨਹੀਂ ਤੇ ਕੋਈ ਗੱਲ ਨਹੀਂ ਸੀ ਅਜੇ ਅਜਨਾਲਾ ਕਾਂਡ ਨੂੰ ਲੈ ਕੇ ਕਹਿ ਰਹੇ ਨੇ ਕਿ 307 ਦਾ ਪਰਚਾ ਕੀਤਾ ਹੈ ਹੋਰ ਵੀ ਕਈ ਨੌਜਵਾਨ ਉੱਥੇ ਜਿਹੜੇ ਉਹਨਾਂ ਨੂੰ ਕਈ ਕਹਿ ਰਹੇ ਨੇ ਸਾਨੂੰ ਭਜਾਇਆ ਗਿਆ ਉੱਥੋਂ ਵੀ ਤੁਸੀਂ ਨਸ਼ਾ ਛੱਡਣਾ ਹੈ ਉੱਥੋਂ ਭਾਜੋ ਇਹ सरकार ही देखती है अं तो कोई अं तो नॉर्मल अपना काम कर रहे सर कानून वो भी नशे में बचा रहे सी। ਇੱਦਾਂ ਨਹੀਂ ਕੀਤਾ ਉਹਨਾਂ ਨੇ ਅਸੀਂ ਘਰ ਨਹੀਂ ਸੀ ਮੈਂ ਤੇ ਉਧਰ ਸੇ ਡੇਰੇ ਤੇ ਸੀ ਮਗਰੋਂ ਆ ਕੇ ਘਰ ਚ ਵੜ ਗਏ ਦੁਬਾਰਾ ਪੁੱਛੋ ਭਾਈ ਤੇ ਉਹਨਾਂ ਨੇ ਸਰਚ ਕੀਤੀ ਮੇਰੇ ਘਰ ਦੀ ਉਹਨਾਂ ਨੂੰ ਕੋਈ ਐਸੀ ਚੀਜ਼ ਤੇ ਕੋਈ ਮਿਲੀ ਨਹੀਂ ਉਹ ਵੀ ਜੀਤ ਲਾ ਦੇ ਇਧਰ ਆ ਗਏ ਕਹਿ ਰਹੇ ਤਲਾਸ਼ੀ ਕੀਤੀ ਘਰ ਦੇ ਵਿੱਚ ਵੀ ਤਲਾਸ਼ੀ ਕੀਤੀ ਕਿ ਉੱਥੇ ਉਹਨਾਂ ਨੇ ਇਹੋ ਜਿਹਾ ਕੀ ਮਿਲਿਆ ਜਿਹਦੇ ਆ ਫੋਰਸ ਇੰਨੀ ਪਹੁੰਚੀ ਸੀ ਪਤਾ ਨਹੀਂ ਫੋਰਸ ਉਦਾਂ ਹੀ ਡਰਾਮਾ ਹੀ ਕੀਤਾ ਫੋਰਸ ਦੀ ਕੀ ਲੋੜ ਸੀ ਤਾਂ ਹੀ ਮੈਂ ਇੱਥੇ ਦੇਖਦੇ ਕਿ ਕੋਈ ਇਸ ਦੇ ਕੋਈ ਵੈਲੈਂਸ ਵਾਲੀ ਤੇ ਕੋਈ ਗੱਲ ਨਹੀਂ ਸੀ ਅਸੀਂ ਉਹ ਵੀ ਸਵੇਰੇ 7 ਵਜੇ ਤੋਂ ਆਰਾਮ ਨਾਲ ਗਏ ਆਪਣੇ ਡੇਲੀਅਰ ਟੀਮ ਦਾ ਪ੍ਰੋਗਰਾਮ ਸੀ ਉੱਥੇ ਗਏ ਸੀ ਸਾਨੂੰ ਤੋਂ ਬਾਅਦ 'ਚ ਪਤਾ ਲੱਗਾ ਮੈਂ ਤਾਂ ਦਰਬਾਰ ਸਾਹਿਬ ਗਿਆ ਸੀ ਮੈਂ 10-11 ਵਜੇ ਘਰ ਆਇਆ ਉਹਨੇ ਜਦੋਂ ਆਈ ਨਹੀਂ ਜਿਹੜਾ ਅੰਮ੍ਰਿਤਪਾਲ ਸਿੰਘ ਜਿਹੜੇ ਖਾਲਸਾ ਵੀਰ ਚਲਾ ਰਹੇ ਨੇ ਥੱਲੇ ਰੱਖੋ ਯਾਰ ਭਾਈ ਤੇ ਆਰੇ ਮੋਈ ਕੀ ਕਰਨਾ ਚਾਹੁੰਦੇ ਤੁਸੀਂ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਉਹ ਸਾਰੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਰਲ ਕੇ ਨਾ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਤੇ ਜਿਹੜਾ ਕੋਈ ਬਚਾਉਣ ਵਾਲਾ ਉਹਦੇ ਖਿਲਾਫ ਜੇ ਕੋਈ ਮਾੜੇ ਮੋਟੇ ਆ ਭਾਈ ਥੱਲੇ ਰੋ ਯਾਰ ਥੱਲੇ ਕਰੋ ਭਈਆ ਜਿਹੜੀ ਧਿਆਨ ਭਾਈ ਪਤਾ ਨਹੀਂ ਕੀ ਉਹ ਕੀ ਹੋ ਰਿਹਾ ਨਹੀਂ ਅਜਨਾਲਾ ਕਾਂਡ ਨੂੰ ਲੈ ਕੇ ਕਹਿ ਰਹੇ ਨੇ ਵੀ 307 ਦਾ ਪਰਚਾ ਕੀਤਾ ਹੈ ਹੋਰ ਵੀ ਕਈ ਨੌਜਵਾਨ ਉੱਥੇ ਜਿਹੜੇ ਉਹਨਾਂ ਨੂੰ ਕਈ ਕਹਿ ਰਹੇ ਨੇ ਸਾਨੂੰ ਭਜਾਇਆ ਗਿਆ ਉੱਥੋਂ ਵੀ ਤੁਸੀਂ ਨਸ਼ਾ ਛੱਡਣਾ ਹੈ ਉੱਥੋਂ ਭਾਜੋ ਇਹ ਤੇ ਕੋਈ ਸਰਕਾਰ ਹੀ ਦੇਖਦੀ ਹੈ ਅਸੀਂ ਤੇ ਕੋਈ ਅਸੀਂ ਤੇ ਨੋਰਮਲ ਆਪਣਾ ਕੰਮ ਕਰਨ ਦੇ ਸਾਰੇ ਲੋਕਾਂ ਨੂੰ ਉਹ ਵੀ ਨਸ਼ੇ ਨੂੰ ਬਚਾਉਣ ਦੇ ਸੀ ਤੁਹਾਡੇ ਸਾਹਮਣੇ ਉੱਥੇ ਕਿੰਨੇ ਲੋਕ ਆਉਂਦੇ ਆ ਕਿੰਨੇ ਛੱਡ ਕੇ ਜਾਂਦੇ ਬਾਕੀ ਅਸੀਂ ਤੇ ਕੁਛ ਨਹੀਂ ਕਹਿ ਸਕਦੇ ਬਾਕੀ ਚਲੋ ਹੁਣ ਸਰਕਾਰ ਆਪਣਾ ਕੰਮ ਕਰੇਗੀ ਇੱਕ ਸਵਾਲ ਦਾ ਜਵਾਬ ਦੇ ਦਿਓ ਵੀ ਇੱਕ ਕਹਿ ਰਹੇ ਨੇ ਭਾਈ ਅਮਰ ਸਾਡੇ ਕੋਲ ਕੋਈ ਸੂਚਨਾ ਨਹੀਂ ਤੇ ਅਸੀਂ ਵੀ ਸੋਚਦੇ ਮੈਨੂੰ ਗ੍ਰਿਫਤਾਰ ਕਰ ਲਿਆ ਹੋਊਗਾ ਪਰ ਇਹ ਅਜੇ ਸ਼ੋਅ ਨਹੀਂ ਕਰ ਰਹੇ ਮੈਨੂੰ ਜਾਣਕਾਰੀ ਦਿੱਤੀ ਇਸ ਬਾਬਤ ਵੀ ਕਿਉਂ ਸਰਚ ਕਰ ਰਹੇ ਨੇ ਕੀ ਚਾਹੀਦਾ ਕੀ ਮੁੱਖ ਕਾਰਨ ਕੀ ਹੈ ਸਰਚ ਦਾ ਉਹ ਕਹਿੰਦੇ ਸੀ ਅਸੀਂ ਜੀ ਉਹ ਅੰਮ੍ਰਿਤਪਾਲ ਦੇ ਜਾਂ ਉਹਨਾਂ ਦੇ ਨਾਲ ਦੇ ਬੰਦੇ ਆਉਂਦੇ ਇਹ ਵਜ੍ਹਾ ਨਾਲ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਕਰਨੀ ਹੈ ਤੇ ਸ਼ਾਇਦ ਕੋਈ ਚੀਜ਼ ਗੈਰ ਕਾਨੂੰਨੀ ਨਹੀਂ ਹੋਵੇ ਠੀਕ ਹੈ ਕਰ ਲਓ ਕੋਈ ਬਰਾਮਦਗੀ ਕੋਈ ਲੱਗੀ ਤੁਹਾਡਾ ਤੁਹਾਡਾ ਬੇਟਾ ਹੈ ਅੰਮ੍ਰਿਤਪਾਲ ਕਿੰਨਾ ਚਿਰ ਚੱਲੀ ਦੀ ਹੈ ਤਲਾਸ਼ੀ ਹਾਂਜੀ ਕੀ ਨਾਮ ਬਈ ਜਿਹੜੇ 6 ਬੰਦੇ ਜਿਹੜੇ ਅਰੈਸਟ ਕੀਤੇ ਆ ਉਹਨਾਂ ਵਿੱਚ ਕੌਣ ਕੌਣ ਆ ਕੀ ਨਾਮ ਪਤਾ ਨਹੀਂ ਮੈਨੂੰ ਸਾਨੂੰ ਤੇ ਪ੍ਰੋਪਰਲੀ ਉਹਨਾਂ ਦੇ ਨਾਮਾਂ ਦਾ ਵੀ ਨਹੀਂ ਪਤਾ ਤੇ ਪਾਪਾ ਜੀ ਤੁਹਾਡੇ ਘਰੋਂ ਕੋਈ ਲੈ ਪਿੰਡ ਦੇ ਵਿੱਚੋਂ 2 ਬੰਦੇ ਕੋਈ ਪਤਾ ਨਹੀਂ ਵੀ ਮੈਨੂੰ ਨਹੀਂ ਅਜੇ ਇਹਦੇ ਬਾਰੇ ਨਹੀਂ ਤੁਹਾਡੇ ਘਰੋਂ ਕੋਈ ਪਰਿਵਾਰਕ ਮੈਂਬਰ ਖੜਿਆ ਉਹਨਾਂ ਦੇ ਨਾਲ ਪੁਲਿਸ ਨਾਲ ਗੱਲਬਾਤ ਕੋਈ ਹੋਈ ਤੁਹਾਡੀ ਉਹਨਾਂ ਨੂੰ ਨਹੀਂ ਸਾਡੇ ਨਾਲ ਉਹਨਾਂ ਨੇ ਹੋਈ ਸੀ ਉਹ ਸਰਚ ਪੂਰੀ ਕਰਕੇ ਕਹਿੰਦੇ ਚਲੇ ਜੀ ਕੁਝ ਬੰਦੇ ਸੀ ਇੱਥੇ ਔਨ ਡਿਊਟੀ ਕਰਾਂਗੇ ਕੱਲ ਤੱਕ ਉਹ ਬੰਦੇ ਕਰੇ ਡਿਊਟੀ ਕਰੇ ਕੀ ਲੱਗਦਾ ਆਉਣ ਵਾਲੇ ਸਮੇਂ ਵਿੱਚ ਮਾਹੌਲ ਖਰਾਬ ਹੋਣ ਕਰਨ ਦੀ ਕੋਸ਼ਿਸ਼ ਹੈ ਜਾਂ ਫਿਰ ਕੀ ਕਾਰਨ ਹੈ ਕਿ ਜਾਣਬੁੱਝ ਕੇ ਫਸਾਇਆ ਜਾ ਰਿਹਾ ਜਾਣਬੁੱਝ ਕੇ ਡਰਾਮਾ ਕੀਤਾ ਜਾ ਰਿਹਾ ਗੱਲ ਤੇ ਕੋਈ ਨਹੀਂ ਸੀ ਗੱਲ ਤੇ ਹੁਣ ਨੋਰਮਲ ਚੱਲਣ ਦੀ ਜ਼ਿੰਦਗੀ ਉਹ ਵੀ ਡੇਲੀ ਆਉਂਦੇ ਸੀ ਜਾਂਦੇ ਜੇ ਉਹਨਾਂ ਰਿਸਕ ਕਰਨਾ ਸੀ ਤੇ ਕੋਈ ਕਿਸੇ ਨੂੰ ਪਹਿਲਾਂ ਹੀ ਦੱਸ ਦੇ ਇਹ ਖਾਲਸਾ ਵੀ ਇਦਾਂ ਐਲਾਨ ਕਰਨ ਤੋਂ ਬਾਅਦ ਹੀ ਇਦਾਂ ਹੋਇਆ ਨਹੀਂ ਦਿੱਕਤ ਕਿਨੂੰ ਆ ਰਹੀ ਹੈ ਜੀ ਇਹ ਇਹਨਾਂ ਨੂੰ ਜਿਹੜੇ ਡਰੱਗ ਵੇਚਣ ਵਾਲੇ ਆ ਜਾਂ ਪੋਲੀਟੀਕਲ ਜਿਨ੍ਹਾਂ ਨੂੰ ਲੱਗਦਾ ਤਾਂ ਕਰੋ ਥੋੜੇ ਲੋਕਾਂ ਉਹਨਾਂ ਨੂੰ ਜਾਂ ਕੋਈ ਜਾਗਰਤੀ ਨਾ ਹੋਵੇ ਜੋ ਅਸੀਂ ਕਹੀ ਜਾਂਦੇ ਉਹ ਹੀ ਮੰਨੀ ਜਾਣ ਬਸ ਹੁਣ ਤੁਸੀਂ ਦੇਖ ਲਓ ਅੰਮ੍ਰਿਤਪਾਲ ਤੇ ਅਜੇ 8-10 ਮਹੀਨੇ ਤੋਂ ਆਇਆ ਹੋਊਗਾ ਇੱਥੇ ਉਦੋਂ ਪਹਿਲਾਂ ਤੋਂ ਤੇ ਇੱਥੇ ਇਹ ਸਾਰੇ ਥੱਲੇ ਕਰੋ ਇਹ ਵਿਰੋਧ ਕਰਨ ਵਾਲੇ ਸਾਰੇ ਇੱਥੇ ਸੀ ਉਦੋਂ ਦਾ ਪੰਜਾਬ ਨੂੰ ਕਿਉਂ ਨਹੀਂ ਠੀਕ ਕੀਤਾ ਉਹ ਡਰੱਗ ਤੋਂ ਨਹੀਂ ਕਿਉਂ ਕੱਢਦੇ ਉਦੋਂ ਹੋਰ ਕ੍ਰਾਈਮ ਤੋਂ ਕਿਉਂ ਨਹੀਂ ਵਿਚਾਰੇ ਗੈਂਗਸਟਰ ਬਾਦ ਆ ਹੋਰ ਕਿੰਨੀਆਂ ਮੁਸੀਬਤਾਂ ਇੱਥੇ ਪੰਜਾਬ 'ਚ ਹੈ ਪੋਲਿਊਸ਼ਨ ਕਿੰਨਾ ਵਾ ਕਿ ਹੋਰ ਇਹੋ ਹੀ ਕੰਮ ਰਹਿ ਗਿਆ ਇਹਨਾਂ ਨੂੰ ਸਾਰਿਆਂ ਨੂੰ ਜ਼ਿਲ੍ਹਾ ਜਲਾਰਨ ਬਿਸ਼ਨੋਈ ਨੇ ਵੀ ਕਿਹਾ ਕਿ ਅੰਮ੍ਰਿਤਪਾਲ ਖਾਲਿਸਤਾਨ ਦਾ ਗਲਤ ਕਰ ਰਿਹਾ ਮੈਂ ਦੇਸ਼ ਭਗਤ ਹਾਂ
मोहाली सिख कारकुना वालों जिहड़ा हैगा प्रदर्शन दी तस्वीर सामने आई है जिहड़े लोग जुड़े हुए हैगे है की सुनेहा उन्हां नूं देना चाहुंदे हैगे आ पीसफुली माहौल दी गल जिहड़ी हैगी आ सारे चैनलां वल्लों भी कही जा रही आ समूह सरकार भी कह रही हैगी कि शांति बनाई रखो असीं सारे जिहड़े उहदे समर्थक भी उहनां नूं भी कहां पीसफुली प्रोटेस्ट करो तुसीं बोलो कोई वायलेंस दी अहीं नहीं चाहुंदे शांति दी की अपील करना चाहोगे जी शांति ते अहीं गवर्नमेंट नूं कहिंदे कि इंसाफ करो लोकां नूं अमृतपाल वर्गिआं नूं ना काम करना पवे जे तुसीं अपनी ड्यूटी पूरी करी जाओ भाई साहब अमृतपाल दे समर्थक पहुंच रहे ने पिंडां दे विच पर अंदर नहीं आ दित्ता जा रिहा उहनां समर्थकां नूं की बेनती करदे हो की अपील करदे हो वाहगुरु का नाम लाओ अरदास करो दे गाड़ी बस बाकी ठीक है कि अज ना आने देने कल अपने जिते जिते है अपने लगता नहीं इस तरह की पुलिस की कार्रवाई के समर्थक है उन्होंने हौसले जो टुटते इदा कि हौसले जे जे समर्थक है वो जो पक्के समर्थक हुए उन्होंने हौसले नहीं टुटते उन्होंने ना जेल डरा सदियाँ ना कोई फांसी डरा सकती बाबा जी चलो एक अखेरी सवाल है भी जो नैट बंद कर दिता गया इंटरनेट बंद कर दिता गया वक् वक् जगह के उपर थोनू की लगता है थोड़ी आवाज दबाने करके किया गया या कोई होर कारण भी हो सकता नहीं यो ये है कि इस चीज़ में लोग इकट्ठे ना हो अमृतपाल जी वास्ते किस तरह वेखदे ने भी कहा मेरी जान नूं खतरा हो सकदा हो सकता है सानू भी ये डाउट है कुछ भी वापर सकदा कि उन्हें जान नूं खतरा हो सकदा ਮੈਨੂੰ ਤਾਂ ਬਾਈ ਗਲਤੀ ਲੱਗਦਾ ਕੁਛ ਇਸ ਤਰ੍ਹਾਂ ਨਹੀਂ ਚਾਹੀਦਾ ਜਿਸ ਤਰ੍ਹਾਂ ਕਰ ਰਹੇ ਪਏ ਸਨ ਕਿਉਂਕਿ ਗੱਲ ਇੱਦਾਂ ਬਾਈ ਖਾਲਸਾ ਜੀ ਜੋ ਵੀ ਕਰ ਰਹੇ ਨਾ ਬਹੁਤ ਵਧੀਆ ਕਰ ਰਹੇ ਆ ਨਸ਼ਾ ਪੱਤਾ ਕਰਦੇ ਹਾਂ ਸਾਰਾ ਕੁਛ ਛੱਡਿਆ ਸਾਡਾ ਜੀਵਨ ਸੁਧਰ ਗਿਆ ਅਸੀਂ ਇਹ ਨਰਕ 'ਚੋਂ ਬਾਹਰ ਨਿਕਲ ਆਏ ਹਾਂ ਜ਼ਿੰਦਗੀ ਆਪਾਂ ਨੂੰ ਨਵੀਂ ਮਿਲ ਗਈ ਆ ਸਾਡੀ ਜ਼ਿੰਦਗੀ ਦਾ ਮਤਲਬ ਬਹੁਤ ਵਧੀਆ ਕਰ ਰਹੇ ਆ ਅਤੇ ਬਾਕੀ ਖਾਲਸਾ ਜੀ ਆਪ ਜਾਣਦੇ ਹੋ ਇੱਥੇ ਕਿਵੇਂ ਜੁੜੇ ਭਾਈ ਅਮਰਪਾਲ ਸਿੰਘ ਹੋਰਾਂ ਨਾਲ ਮੈਂ ਖਾਲ ਨਸ਼ਾ ਛੱਡ ਕਰਦਾ ਸੀ ਅਸੀਂ 3 ਮਹੀਨੇ ਹੋ ਗਏ ਮੈਨੂੰ ਆਏ ਨੂੰ ਮੈਂ ਨਸ਼ਾ ਛੱਡਿਆ ਜੀ ਆਪਣੇ ਪਰਿਵਾਰ ਵਾਂਗੂ ਸਮਝਦੇ ਬੱਚਿਆਂ ਨੂੰ ਅੱਜ ਅਸੀਂ ਬੁਰੇ ਪਿਟਵਾਟੇ ਸਾਨੂੰ ਨਵੀਂ ਜ਼ਿੰਦਗੀ ਲੱਗਦੀ ਇੱਕ ਇਸ ਕਰਕੇ ਕੋਈ ਗੱਲ ਹੋਈ ਅਮਰਪਾਲ ਭਾਈ ਹੋਰਾਂ ਨਾਲ ਜਾਂ ਉਹਨਾਂ ਸਾਥੀਆਂ ਦੇ ਨਾਲ ਕਿਸੇ ਨਾਲ ਨਹੀਂ ਇਸ ਤਰ੍ਹਾਂ ਨਹੀਂ ਗੱਲ ਕੀਤੀ ਹੋਵੇ ਕਿ ਘਰ 'ਚ ਕੋਈ ਮਾਹੌਲ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਫਤਿਹ ਬੁਲਾਦੀ ਦੀ ਬਸ ਹੋਰ ਇੰਨਾ ਕੀ ਜਦੋਂ ਆਉਂਦੇ ਬਸ ਆਪਣਾ ਮਾਲ ਡੰਗਰ ਸਾਂਭੀ ਦਾ ਜੀ ਉੱਧਰ ਹਾਂਜੀ ਹੋਰ ਕੁਛ ਨਹੀਂ ਆਪਣਾ ਬਸ ਇਹਨਾਂ ਨਾਲ ਮਾਲ ਪੁਲਿਸ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਕਿ ਮੈਂ ਤੁਹਾਨੂੰ ਲੱਗਦਾ ਹਾਂਜੀ ਪੁਲਿਸ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਕੋਈ ਨਹੀਂ ਖਾਲਸਾ ਜੀ ਮੈਂ ਉੱਧਰ ਹਾਂ ਆਪਣੇ ਪਰਲੀ ਸਾਈਡ ਇਸ ਤਰ੍ਹਾਂ ਪਤਾ ਨਹੀਂ ਕੁਛ ਨਹੀਂ ਨਾਮ ਨਾਮ ਕੀ ਨਾਮ ਸੀ ਚੱਲ ਰਿਹਾ ਅਜੇ ਚੱਲ ਰਿਹਾ ਹਾਂ ਚੱਲ ਤੇ ਕਦ ਤੱਕ ਚੱਲੇਗਾ ਇਹ ਕੱਲ ਤੱਕ ਦੇਖੋ ਹੋ ਜੇ ਜੀ ਸਰ ਕਿੱਦਾਂ ਕੀ ਹੋਇਆ ਕਿ ਥੋੜਾ ਅਪਡੇਟ ਸਾਨੂੰ ਦੱਸ ਦਿਓ ਕਿ ਡਿਟੇਲ ਨਹੀਂ ਬ੍ਰਦਰ ਡਿਟੇਲ ਤੇ ਨਹੀਂ ਅਜੇ ਕਰ ਸਕਦੇ ਹਜੇ ਚੱਲ ਰਿਹਾ ਹਜੇ ਚੱਲ ਰਿਹਾ ਹਜੇ ਅਸੀਂ ਕੁਛ ਨਹੀਂ ਕਰ ਸਕਦੇ ਹਜੇ ਸਾਡਾ ਕਿ ਸਮਾਂ ਹੋਰ ਜੇ ਪਿੰਡ ਦਾ ਸਰ ਰੋਕਿਆ ਗਿਆ ਕਿਸੇ ਗੱਲ ਕਰਕੇ ਘਰ ਘਰ ਨੋ ਨੋ ਜਾਣਦੇ ਪਿੰਡ ਵਾਲਾ ਕੋਈ ਰੋਕਿਆ ਨਹੀਂ ਗਿਆ ਸਾਰੇ ਜਾ ਰਹੇ ਜੀ ਕੋਈ ਪਰ ਇੱਥੇ ਪੁਲਿਸ ਹੈ ਨਹੀਂ ਤਨਾਤ ਕੋਈ ਗੱਲ ਕਾਰਨ ਕੋਈ ਹਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਹਜੇ ਅਸੀਂ ਚੱਲ ਰਿਹਾ ਸਾਡਾ ਸਿਸਟਮ ਉਸ ਤੋਂ ਬਾਅਦ ਵੀ ਕਰਾਂਗੇ ਸੀਨੀਅਰ ਅਫਸਰ ਦੱਸਣਗੇ ਬਾਅਦ ਤੁਹਾਨੂੰ ਬਰੀਫ ਕਰਾਂਗੇ